ਤੁਸੀਂ ਵੇਖਿਆ ਹੋਣਾ ਵਾ ਡਏ ਆ ਸਫਾਈ ਸਫੂਈ ਕਰਨ, ਸਾਰਾ ਸਿਸਟਮ ਜਿੱਦਾਂ ਹੋ ਰਿਹਾ ਸਹੀ ਕਰਨ ਡਏ, ਸਫਾਈ ਦਾ ਕੰਮ ਚੱਲ ਰਿਹਾ। ਕਿਸਾਨ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਦੋਂ ਫਸਲ ਵਾੜੀ ਆਉਂਦੀ ਹੈ ਮੰਡੀ 'ਚ? ਮੁਸ਼ਕਲਾਂ ਦਾ ਵੇਖੋ ਜੀ, ਇੱਕ ਤਾਂ ਸਰਕਾਰ ਨੂੰ ਚਾਹੀਦਾ ਆੜ੍ਹਤੀਆਂ ਨੂੰ ਤਰਪਾਲਾਂ ਆਪ ਲੈ ਕੇ ਦੇਣੀਆਂ, ਜਿੱਦਾਂ ਮੌਸਮ ਖਰਾਬ ਹੋ ਜਾਂਦਾ ਵਾ ਉਦੋਂ ਫਸਲ ਜਿਹੜੀ ਉਹ ਖਰਾਬ ਹੁੰਦੀ ਹੈ, ਫਿਰ ਬੋਲੀ ਕੈਂਸਲ ਵੀ ਹੋ ਜਾਂਦੀ ਕਈ ਵਾਰ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਜਿਹੜਾ ਵਾ ਆੜ੍ਹਤੀਆਂ ਦਾ ਸਾਥ ਦੇਣ, ਕੋਈ ਇਹਨਾਂ ਨੂੰ ਤਰਪਾਲਾਂ ਜਿਹੜੀਆਂ ਵਾ ਸਰਕਾਰੀ ਜਿਹੜਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਵੇ। ਡੰਗਰ ਜਿਹੜੇ ਆ ਕਾਫੀ ਵਾਰਾ, ਇਹਦਾ ਕੀ ਕਹਿਣਾ? ਇਹ ਡੰਗਰ ਵੀ ਇਹ ਕੌਣ ਛੱਡ ਕੇ ਜਾਂਦਾ, ਕਿਸਾਨ ਹੀ ਛੱਡ ਕੇ ਜਾਂਦਾ ਵਾ। ਇਹ ਥੋੜ੍ਹਾ ਜਿਹਾ ਇਹ 'ਤੇ ਸਖਤੀ ਚਾਹੀਦੀ ਸਰਕਾਰ ਨੂੰ ਵੀ, ਵੀ ਜਿੱਦਾਂ ਮਾਰਕੀਟ ਕਮੇਟੀ ਨੂੰ ਇਹ ਮੰਡੀ ਦੇ ਜਿਹੜੇ ਗੇਟ ਆ ਉਹ ਬੰਦ ਰਹਿਣ, ਜੇ ਕੋਈ ਅੰਦਰ ਆਉਂਦਾ ਵਾ ਲਾਉਣ ਤਾਂ ਉਹਨੂੰ ਪੂਰੀ ਉਹਦੀ ਪੁੱਛਗਿੱਛ ਹੋਵੇ, ਉਹਨੂੰ ਨਾ ਲਾਉਣ ਦਿੱਤਾ ਜਾਵੇ। ਐਤਕਾਂ ਕਣਕਾਂ ਦਾ ਝਾੜ ਝੂੜ ਕਿੱਦਾਂ ਰਹੂਗਾ? ਝਾੜ ਤਾਂ ਠੀਕ ਹੀ ਰਹੂਗਾ ਜੀ, ਮੌਸਮ ਵਧੀਆ ਹੈ, ਮੌਸਮ ਠੰਡਾ ਆ, ਝਾੜ ਕਣਕਾਂ ਦਾ ਠੀਕ ਰਹੂਗਾ ਜੀ। ਕਈ ਇਲਾਕਿਆਂ 'ਚ ਮੀਂਹ ਕਾਫੀ ਪਏ ਨਾ ਗੜੇ ਮਾਰੀ, ਆਪਣੇ ਇਲਾਕੇ ਠੀਕ ਰਿਹਾ? ਆਪਣੇ ਤਾਂ ਠੀਕ ਹੀ ਆ ਜੀ, ਆਪਣੇ ਇਲਾਕੇ 'ਚ ਤਾਂ ਠੀਕ ਆ। ਅਤੇ ਪਾਣੀ ਪੀਣ ਦਾ ਵਿਵਸਥਾ ਜਿਸ ਤਰ੍ਹਾਂ ਕੋਈ ਮਾਰਕੀਟ ਕਮੇਟੀ ਵੱਲੋਂ? ਮਾਰਕੀਟ ਕਮੇਟੀ ਵੱਲੋਂ ਲਗਾਏ ਤੇ ਗਏ ਟੈਂਕੀਆਂ, ਪਰ ਉਹ ਹੁਣ ਚੱਲਦੀਆਂ ਚੁਲਦੀਆਂ ਨਹੀਂ ਜੇ ਪਈਆਂ। ਅਤੇ ਫਲੱਸ਼ਾਂ? ਫਲੱਸ਼ਾਂ ਦਾ ਤਾਂ ਕੋਈ ਕੰਮ ਨਹੀਂ ਹੈਗਾ ਮਾਰਕੀਟ ਦਾ, ਇੱਥੇ ਉਹਦੇ ਕੋਈ ਵੀ ਨਹੀਂ ਹੈ ਮਾਰਕੀਟ ਕਮੇਟੀ ਵੱਲੋਂ ਕੋਈ ਇੱਦਾਂ ਦਾ ਕੋਈ। ਜਿਹੜਾ ਸਰਕਾਰ ਵੱਲੋਂ ਐਤਕਾਂ ਭਾਅ ਕੱਢਿਆ ਗਿਆ 2275 ਰੁਪਈਆ, ਤੁਸੀਂ ਸੰਤੁਸ਼ਟੀ ਹੈ? ਸੰਤੁਸ਼ਟੀ ਹੈ ਜੀ, ਵੇਖੋ ਵਧਿਆ ਹੀ ਅੱਗੇ ਨਾਲੋਂ ਦੇ ਭਾਅ ਦੇ ਜਿਹੜਾ ਵਾ। ਹਾਂਜੀ ਹਾਂਜੀ ਹਾਂਜੀ। ਕੀ ਕੀ ਸਹੂਲਤਾਂ ਚਾਹੁੰਦੇ ਜੀ ਆਪਾਂ? ਸਹੂਲਤਾਂ ਵੇਖੋ ਜੀ, ਜੇ ਕਦੇ ਮਾਰਕੀਟ ਕਮੇਟੀ ਨੂੰ ਜਿਹੜਾ ਵਾ ਇੱਥੇ ਜਿੱਦਾਂ ਬਾਥਰੂਮਾਂ ਦਾ ਲੈਟਰੀਨਾਂ ਦਾ ਜਿਹੜਾ ਵਾ ਉਹ ਚਾਹੀਦਾ ਵਾ, ਜੇ ਉਹ ਬਣੇ ਵੀ ਆ ਤੇ ਉਹ ਦਰਵਾਜ਼ੇ ਉਹਨਾਂ ਦੇ ਬੰਦ ਪਏ ਆ, ਤੇ ਜੇ ਉਹ ਖੁੱਲੇ ਆ ਤੇ ਉਹ ਕੋਈ ਸਾਫ ਸਫਾਈ ਦਾ ਕੋਈ ਉੱਥੇ ਹੈ ਨਹੀਂ ਕੋਈ ਐਡਾ ਜ਼ਿਆਦਾ ਪ੍ਰਬੰਧ, ਬਹੁਤ ਮੰਦਾ ਹਾਲ ਉਹਨਾਂ ਦਾ, ਬਹੁਤ ਮਾੜੇ ਹਾਲਾਤ ਨੇ। ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੋਈ ਐਡਾ ਜ਼ਿਆਦਾ ਖਾਸ ਨਹੀਂ ਹੈਗਾ, ਉਹ ਤੇ ਆੜ੍ਹਤੀ ਹੈ ਜਿਹੜੇ ਵੀਰ ਉਹ ਕਰ ਰਹੇ ਆ, ਉਹ ਆਪਣੇ ਉਹਨਾਂ ਨੇ ਲਵਾਏ ਹੈਗੇ ਹੈਗੇ। ਸਰਕਾਰ ਕੋਲ ਤੇ ਇਹੋ ਹੀ ਮੰਗ ਕਰਦੇ ਆ ਵੀ ਪਾਣੀ ਦੀ ਜਿਹੜੀ ਉਹ ਵਿਵਸਥਾ ਸਹੀ ਹੋਵੇ, ਤੇ ਇੱਕ ਜਿਹੜੇ ਆ ਬਾਥਰੂਮ ਲੈਟਰੀਨਾਂ ਜਿਹੜੀਆਂ ਵਾ ਉਹ ਜਿਹੜਾ ਵਾ ਉਹਨਾਂ ਵਾਸਤੇ ਵੀ ਕੋਈ ਬੰਦਾ ਖਾਸ ਉੱਥੇ ਦਿੱਤਾ ਹੋਵੇ ਜਿਹੜਾ ਸਾਫ਼ ਸਫਾਈ ਦਾ ਵੀ ਧਿਆਨ ਰੱਖੇ ਜੀ। ਅਰੇਂਜਮੈਂਟ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਠੀਕ ਆ? ਤੁਸੀਂ ਵੇਖਿਆ ਹੀ ਨਾ ਜਦੋਂ ਮਾਰਕੀਟ ਕਮੇਟੀ ਤੋਂ ਉੱਥੋਂ ਆਏ ਨੇ, ਸਫਾਈਆਂ ਹੋ ਰਹੀਆਂ ਵਾ, ਬਾਕੀ ਖਰੀਦ ਜਿਹੜੀ 1 ਤਰੀਕ ਤੋਂ ਸਟਾਰਟ ਆ, ਵਧੀਆ ਕੰਮ ਚੱਲੂਗਾ। ਤੇ ਕਿਸ ਤਰ੍ਹਾਂ ਇਸ ਵਾਰੀ ਜਿਸ ਤਰ੍ਹਾਂ ਕਣਕ ਕਾਫੀ ਬਰਸਾਤ ਵੀ ਹੋਈ ਆ, ਮੌਸਮ ਖਰਾਬ ਰਿਹਾ ਵਾ, ਤਾਂ ਕਿਸ ਤਰ੍ਹਾਂ ਕਣਕ ਦਾ ਕਿਸਮਾਂ? ਨਹੀਂ, ਕਣਕ ਤੇ ਬਰਸਾਤ ਨਾਲ ਕੋਈ ਏਡਾ ਫਰਕ ਨਹੀਂ ਪਿਆ, ਠੀਕ ਆ। ਬਾਕੀ ਇਹ ਕਣਕ ਹਰ ਵਾਰੀ ਇੱਧਰ ਸਬਜ਼ੀ ਏਰੀਆ ਵਾ ਲੇਟ ਹੀ ਹੁੰਦੀ ਆ, ਜਿਹੜਾ ਪਹਿਲਾਂ 1-2 ਢੇਰੀਆਂ 10-ਕੁ ਤਰੀਕ ਨੂੰ ਆਉਣੀਆਂ ਸ਼ੁਰੂ ਹੋ ਜਾਣਗੀਆਂ, ਜਿਹੜਾ ਜ਼ੋਰ ਪੈਣਾ ਵਾ ਉਹ 20 ਤਰੀਕ ਤੋਂ ਬਾਅਦ ਹੀ ਜਾ ਕੇ ਪੈਣਾ। ਹੁਣ ਮਤਲਬ ਕਿ ਅਜੇ ਕੋਈ ਢੇਰੀ ਆਈ ਨਹੀਂ ਅਜੇ ਤੱਕ ਹੁਣ ਤੱਕ? ਨਹੀਂ ਨਹੀਂ, ਹਾਲੇ ਤੇ ਬਹੁਤ ਪਹਿਲਾਂ ਹੈ, ਹਾਲੇ ਤੇ ਕਣਕਾਂ ਹੱਟੀਆਂ ਵਾ, ਹਾਲੇ ਟਾਈਮ ਲੱਗੂਗਾ 10-15 ਦਿਨ, 10 ਕੁ ਦਿਨ ਤੱਕ ਆਊਗੀ। ਤੇ ਜਿਹੜੀਆਂ ਇੱਥੇ 26 ਮੰਡੀਆਂ ਜਿਹੜੀਆਂ ਤੋੜੀਆਂ ਗਈਆਂ ਉਹਦੇ ਬਾਰੇ ਕੋਈ ਜਾਣਕਾਰੀ? ਨਹੀਂ, ਉਹ ਤੇ ਫਿਰ ਸਰਕਾਰ ਨੇ ਕਹਿ ਦਿੱਤਾ ਵੀ ਉਹ ਪਹਿਲਾਂ ਹੀ ਤਨਿਆ ਬਣੇ ਰਹੇ, ਜਿਹੜੀਆਂ ਮਾਰਕੀਟ ਕਮੇਟੀਆਂ ਕੋਸ਼ ਉਹਨਾਂ ਕਰਨੀਆਂ ਵਾ, ਮਰਜ ਕਰਨੀਆਂ ਵਾ, ਜਿਹੜੀਆਂ ਜਿੱਥੇ ਘੱਟ ਆ, ਜਿਸ ਤਰ੍ਹਾਂ ਕੱਚੀਆਂ ਮੰਡੀਆਂ ਬਿਲਕੁਲ ਘੱਟ ਆ, ਉਹਨਾਂ ਨੂੰ ਵੱਡੀਆਂ ਮੰਡੀਆਂ ਨਾਲ ਜੋੜਨਗੇ, ਬਸ ਖਤਮ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਹੈ, ਇਹੋ ਜਿਹੀ ਪਹਿਲਾਂ ਹੈ ਹੀ, ਉਹ ਸਰਕਾਰ ਨੇ ਵਾਪਸ ਲੈ ਲਿਆ। ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਤੁਹਾਡੇ? ਤਿਆਰੀ ਠੀਕ ਆ, ਆਪਣਾ ਮਾਰਕੀਟ ਕਮੇਟੀ ਵੱਲੋਂ ਸਫਾਈਆਂ ਸਫੂਈਆਂ ਹੋਈਆਂ ਵਾ, ਬਾਕੀ ਜਿਹੜਾ ਸਾਡਾ ਕੰਮ ਹੁੰਦਾ ਪੱਖੇ ਪੁੱਖੇ ਠੀਕ ਕਰਾਉਣੇ, ਲੇਬਰ ਆਉਣੀ ਆ, ਉਹ ਚੱਲ ਰਿਹਾ। ਲੇਬਰ ਕਦੋਂ ਆ ਰਹੀ ਲੇਬਰ? ਲੇਬਰ 5-6 ਦਿਨ ਤੱਕ ਆਏ ਨੀ। ਮੰਡੀ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਆ ਸਾਰੇ, ਤੇ ਸੀਜ਼ਨ ਆਉਣ ਤੋਂ ਕਣਕ ਦੀ ਆਮਦ ਆਉਣ ਤੋਂ ਪਹਿਲਾਂ ਪਾਣੀ ਅਤੇ ਪਾਣੀ ਤੇ ਛਾਂ ਦੇ ਪ੍ਰਬੰਧ ਸਾਰੇ ਕਰ ਲਏ ਜਾਣਗੇ, ਤੇ ਸਫਾਈ ਲਗਭਗ ਹੋ ਗਈ ਆ। ਹਾਂਜੀ, ਤੇ ਸਰ ਇੱਕ ਵਾਰਾ ਪਸ਼ੂ ਬੜਿਆ, ਵਾਰਾ ਪਸ਼ੂ ਨਾ ਉਹ ਗੇਟ ਜਿਹੜੇ ਖੁੱਲੇ ਹੋਣ ਕਰਕੇ ਨਾ ਵਾਰਾ ਪਸ਼ੂ ਆ ਜਾਂਦੇ ਆ, ਤੇ ਬਾਹਰ ਕੱਢੀ ਦੇ ਹੈਗੇ ਆ,
ਹੁਣ ਇਹ ਵੀ ਜਦੋਂ ਕਣਕ ਦੀ ਆਮਦ ਹੋ ਗਈ ਉਦੋਂ ਗੇਟਾਂ ਦੇ ਬੰਦੇ ਲਾ ਕੇ ਤੇ ਪਸ਼ੂ ਜਿਹੜੇ ਅੰਦਰ ਨਹੀਂ ਆਉਣ ਦਿੱਤੇ ਜਾਣਗੇ। ਤੇ ਕੁਝ ਲੈਟਰਿਨ ਬਾਥਰੂਮ ਲੋਕ ਕੇ ਲੱਗੇ ਹੋਏ ਕੀ ਚੱਕਰ? ਉਹ ਸਫਾਈ ਹੋਣ ਉਪਰੰਤ ਉਹ ਬੰਦ ਕਰ ਦਿੱਤੇ ਗਏ ਆ। 10 ਤਰੀਕ ਤੱਕ ਜਿਹੜੇ ਆਪਣੇ ਲੇਬਰ ਤੇ ਜਦੋਂ ਜ਼ਿਮੀਂਦਾਰ ਆਉਣਗੇ ਕਣਕ ਦੀ ਆਮਦ ਹੋਊਗੀ ਨਾਲ ਹੀ ਖੋਲ ਦਿੱਤੇ ਜਾਣਗੇ। ਠੀਕ ਹੈ, ਹਾਂਜੀ ਹਾਂਜੀ, ਥੈਂਕ ਯੂ।